ਕਈ ਦਿਖਾ ਦੇਣਾ ਕਈ ਹੋਰ ਘਰ ਵਿਚਾਰ ਕਰਦਾ ਸੀ ਮੇਰਾ ਸਾਰਾ ਮੈਂ ਪੁੱਡੇ ਲਈ ਜਾਂਦਾ ਉਹ ਚੱਕ ਲਈ ਹੈ ਨਾ ਹੁਣ ਬੰਦੇ ਦਾ ਨਸ਼ਾ ਤਾਂ ਨਹੀਂ ਪਿੰਡ ਫਰੀਦਕੋਟ ਕੋਟਲੀ ਦੇ ਡੇਰਾ ਬਾਬਾ ਅਮੇਦਪੁਰੀ ਸਾਹਿਬ ਵਿਖੇ ਚੋਰਾਂ ਨੇ ਤੋੜੇ ਗੋਲਕ, ਨਗਦੀ ਅਤੇ ਮੋਬਾਈਲ ਲੈ ਕੇ ਹੋਏ ਫਰਾਰ। ਦੱਸ ਦਈਏ ਕਿ ਬੀਤੀ ਰਾਤ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਫਰੀਦਕੋਟ ਕੋਟਲੀ ਦੇ ਡੇਰਾ ਬਾਬਾ ਅਮੇਦਪੁਰੀ ਸਾਹਿਬ ਵਿਖੇ ਚੋਰਾਂ ਵੱਲੋਂ ਡੇਰੇ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ, ਜਿਸ ਦੀਆਂ ਕਿ CCTV ਦੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਚੋਰਾਂ ਵੱਲੋਂ ਬੇਖਬਰ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਬਾਰੇ ਡੇਰੇ ਦੇ ਸੰਚਾਲਕ ਬਾਬਾ ਜੀ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਡੇਰਾ ਪਿੰਡ ਫਰੀਦਕੋਟ ਕੋਟਲੀ ਡੇਰਾ ਬਾਬਾ ਅਮੇਦਪੁਰੀ ਜੀ, ਰਾਤ ਦੇ 11-12 ਵਜੇ ਚੋਰਾਂ ਨੇ ਗੱਲਾਂ ਤੋੜਿਆ। ਕੀ ਕੁਛ ਲੈ ਗਏ ਬਾਬਾ ਜੀ ਰਾਤ? ਮੋਬਾਈਲ ਚੱਕੇ, ਦੋ ਨਗਦ ਪੈਸੇ ਕੱਢੇ। ਕਿੰਨੇ ਪੈਸੇ ਸੀਗੇ ਜੀ? ਸੰਤ ਦੀ ਜੇਬ ਚੋਂ ਕੱਢੇ ਆ 11-12 ਹਜ਼ਾਰ। ਅੱਛਾ ਜੀ, ਹਾਂਜੀ। ਹੋਰ ਕੀ ਕੁਛ ਲੈ ਗਏ ਜੀ ਨਾਲ? ਹੋਰ ਦੋ ਮੋਬਾਈਲ ਲੈ ਗਏ। ਠੀਕ ਹੈ ਜੀ। ਹੋਰ ਗੱਲਾਂ ਤੋੜਿਆ, ਉਹ ਟੁੱਟਿਆ ਨੀਗਾ, ਜਦੋਂ ਪਤਾ ਲੱਗਿਆ ਉਦੋਂ ਭੱਜ ਗਿਆ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ? ਮੰਗ ਕਰਦੇ ਆ ਵੀ ਚੋਰਾਂ ਦਾ ਗ੍ਰਿਫਤਾਰ ਕਰਨ ਤੇ ਚੋਰੀ ਦਾ ਪਤਾ ਕਰਨ, ਅੱਗੇ ਵਾਸਤੇ ਡੇਰੇ ਚ ਇਹ ਘਟਨਾ ਨਾ ਹੋਵੇ।